ਅਲੈਕੁਮ ਅਲੈਕਮ ਵੈਲਕਮ ਬੈਕ ਟੂ ਅਨਦਰ ਵਲੌਗ ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਾਫੀ ਬਣਾਉਣ ਦੇ ਮੁxtਲਫ ਮੁxtਲਫ ਤਰੀਕੇ ਮੈਨੂੰ ਕਾਫੀ ਦਾ ਬਹੁਤ ਸ਼ੌਕ ਆ ਮੈਂ ਆਬਵੀਅਸਲੀ ਡਿਫਰੈਂਟ ਵੇਜ਼ ਜਿਹੜੇ ਨੇ ਕਾਫੀ ਬਣਾਉਣ ਦੇ ਉਹ ਡਿਸਕਵਰ ਕਰਨ ਦੀ ਕੋਸ਼ਿਸ਼ ਕਰਦਾ ਰਹਿਣਾ ਮਿਸਾਲ ਦੇ ਤੌਰ ਤੇ ਅਗਰ ਤੁਹਾਡੇ ਕੋਲ ਪ੍ਰੋਪਰ ਕਾਫੀ ਮਸ਼ੀਨ ਨਹੀਂ ਨਾ ਹੈਗੀ ਸਮਥਿੰਗ ਲਾਈਕ ਥੈਟ ਥੈਨ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਾਫੀ ਬਣਾ ਸਕਦੇ ਹੋ ਅੱਜ ਉਹ ਤਿੰਨ ਚਾਰ ਪੰਜ ਛੇ ਚੀਜ਼ਾਂ ਜਿਹੜੀਆਂ ਮੇਰੇ ਕੋਲ ਹੈਗੀਆਂ ਉਹ ਤੁਹਾਨੂੰ ਸ਼ੇਅਰ ਕਰਾਂਗਾ ਤੇ ਮੋਸਟ ਇ ਇੱਕ ਚੀਜ਼ ਮੈਂ ਕੱਲ ਬਾਈ ਕੀਤੀ ਹੈ ਉਹਦੇ ਨਾਲ ਦੀ ਪਹਿਲੀ ਚੀਜ਼ ਮੇਰੇ ਕੋਲ ਹੈਗੀ ਸੀ ਲੇਕਿਨ ਉਹ ਕਿਉਂ ਮੈਨੂੰ ਚੰਗੀ ਨਹੀਂ ਸੀ ਲੱਗਦੀ ਕਿਉਂ ਮੈਂ ਉਹ ਦੂਸਰੀ ਚੀਜ਼ ਲਈ ਹੈ ਉਹ ਸਾਰਾ ਕੁਝ ਅੱਥੋਂ ਨਾਲ ਸ਼ੇਅਰ ਕਰਦੇ ਹਾਂ ਸਭ ਤੋਂ ਆਸਾਨ ਤਰੀਕਾ ਹੈ ਯਾਨੀ ਕਿ ਤੁਸੀਂ ਜਿਹੜੀ ਕਾਫੀ ਤੁਹਾਨੂੰ ਪਸੰਦ ਦਾ ਬ੍ਰਾਂਡ ਵਗੈਰਾ ਉਹ ਲਓ ਪਾਣੀ ਨੂੰ ਗਰਮ ਕਰੋ ਕਾਫੀ ਦੇ ਦੋ ਚਮਚੇ ਪਾਓ ਕੱਪ ਦੇ ਵਿੱਚ اور گرم پانی ਪਾਓ ਤੇ ਅੱਲਾਹ ਲਾ ਖੈਰ ਸਲਾਹ 커피 ਤਿਆਰ ਹੋ ਗਈ ਇਹ ਤਾਂ ਹੈਗਾ ਸਭ ਤੋਂ ਆਸਾਨ ਇਨਸਟੈਂਟ ਤੇ ਟਾਈਮ ਐਫੀਸ਼ੀਐਂਟ ਤਰੀਕਾ ਜਿਹੜੇ ਦੂਸਰੇ ਤਰੀਕੇ ਨੇ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਆ ਆਬਵੀਅਸਲੀ ਅਗਰ ਤੁਸੀਂ ਕੋਈ ਟਰੈਡੀਸ਼ਨਲ ਚੀਜ਼ ਇੰਜੋਏ ਕਰਨੀ ਹੈ ਆਥੈਂਟਿਕ ਵੇ ਦੇ ਨਾਲ ਤੇ ਉਹਦੇ ਟਾਈਮ ਤਾਂ ਲੱਗਦਾ ਹੀ ਆ ਫਿਰ ਇੱਕ ਦੂਸਰਾ ਤਰੀਕਾ ਹੁੰਦਾ ਆ ਜਿਹਨੂੰ ਅਸੀਂ ਕਹਿੰਦੇ ਆ ਦਿਸ ਵਨ ਇਹਨੂੰ ਕਹਿੰਦੇ ਆ ਫ੍ਰੈਂਚ ਪ੍ਰੈਸ ਇਹ ਕੰਮ ਇਦਾਂ ਕਰਦਾ ਬੇਸਿਕਲ ਆ ਕੱਪ ਟਾਈਪ ਚੀਜ਼ ਆ ਇਹਨੂੰ ਤੁਸੀਂ ਐਦਾਂ ਓਪਨ ਕਰਦੇ ਹੋ ਤੇ ਜਿਹਦੇ ਨੇ ਤੁਸੀਂ ਬੀਨਸ ਪਾਈ ਦੇਣ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਸਟੈਂਡਰਡ ਕਾਫੀ ਹੁੰਦੀ ਨਾ ਇਨਸਟੈਂਟ ਜਿਹੜੀ ਮੈਂ ਤੁਹਾਨੂੰ ਅੱਗੇ ਦਿਖਾਈ ਐ ਇਹ ਵਾਲੀ ਇਸ ਟਾਈਪ ਦੀ ਉਹ ਨਹੀਂ ਪਾਈ ਦੀ ਇਹਨਾਂ ਦੇ ਵਿੱਚ ਇਹਦੇ ਵਿੱਚ ਪਾਈ ਦੇਣੇ ਗਰਾਊਂਡ ਕਰਕੇ ਬੀਨਸ ਬੀਨਸ ਪਾਈ ਦੇਣੇ ਬੀਨਸ ਪਾਤੇ ਬੀਨਸ ਪਾ ਕੇ ਉੱਤੋਂ ਤੁਸੀਂ ਪਾਣੀ ਪਾਉਣੇ ਜਿੰਨਾ ਤੁਸੀਂ ਪਾਉਣਾ ਆ ਦੈਨ ਤੁਸੀਂ ਆ ਛਲਣੀ ਜਈ ਹੈ ਇਹ ਪਾਉਣੇ ਆ ਇਹਨੂੰ ਤੁਸੀਂ ਜਦੋਂ ਥੱਲੇ ਪ੍ਰੈਸ ਕਰਦੇ ਹੋ ਨਾ ਉਹ ਜਿਹੜੇ ਬੀਨਸ ਤੇ ਦਾਣੇ ਜੇ ਹੁੰਦੇ ਉਹ ਪ੍ਰੈਸ ਦੇ ਥੱਲੇ ਚਲੇ ਜਾਂਦੇ ਆ ਤੇ ਉੱਤੋਂ ਸਿਰਫ ਕਾਫੀ ਰਹਿ ਜਾਂਦੀ ਆ ਕਾਫੀ ਪੋਰ ਕਰੋ ਤੇ ਇੰਜੋਏ ਕਰੋ ਇਹ ਵਾਲਾ ਕੱਪ ਜਿਆ ਹੈ ਹੈਗਾ ਤਾਂ ਕੱਪ ਜਿਆ ਆ ਬਟ ਇਹ ਥੱਲੇ ਨਾ ਦੇਖੋ ਮੋਰੀਆਂ ਨੇ ਤੇ ਇਹਨੂੰ ਕਹਿੰਦੇ ਆ ਫਿਲਟਰ ਬੇਸਿਕਲੀ ਤੇ ਇਹਨੂੰ ਕਿਦਾਂ ਇਸਤੇਮਾਲ ਕਰੀਦਾ ਕਿ ਇਹਨੂੰ ਨਾ ਇੱਕ ਕੱਪ ਦੇ ਵਿੱਚ ਕੱਪ ਦੇ ਉੱਤੇ ਰੱਖੀਦਾ ਔਰ ਇਹਦੇ ਵਿੱਚ ਨਾ ਇੱਕ ਕਾਗਜ਼ ਦਾ ਪੇਪਰ ਜਿਆ ਹੁੰਦਾ ਆ ਜਿੱਦਾਂ ਉਹ ਨਹੀਂ ਹੁੰਦੀ ਕੀਫ ਹੁੰਦੀ ਆ ਜਾਂ ਫਨਲ ਜਿੱਦਾਂ ਹੁੰਦੀ ਆ ਉਸ ਸ਼ਕਲ ਦਾ ਹੁੰਦਾ ਉਹ ਉਹ ਥੱਲੇ ਚਲਾ ਜਾਂਦਾ ਤੇ ਉਹਦੇ ਵਿੱਚ ਨਾ ਤੁਸੀਂ ਫੇਰ ਉਦਾਂ ਹੀ ਗਰਾਊਂਡਸ ਬੀਨ ਪਾਉਣੇ ਨੇ ਗਰਾਊਂਡਸ ਬੀਨ ਪਾ ਕੇ ਤੇ ਉਹਦੇ ਉੱਤੇ ਫੇਰ ਤੁਸੀਂ ਨਾ ਹੌਲੀ-ਹੌਲੀ ਪੋਰ ਕਰਦੇ ਹੋ ਗਰਮ ਪਾਣੀ ਤੇ ਜਿਹੜਾ ਬੇਸਿਕਲੀ ਪਾਣੀ ਹੁੰਦਾ ਉਸ ਕਾਫੀ ਦੇ ਨਾਲ ਮਿਕਸ ਹੋ ਕੇ ਥੱਲੇ ਨਾਲ ਫਿਰ ਇਹਨਾਂ ਸੁਰਾਖਾਂ ਦੇ ਵਿੱਚੋਂ ਥੱਲੇ ਰਿੰਸ ਹੋ ਕੇ ਕੱਪ ਦੇ ਵਿੱਚ ਲਿਆ ਜਾਂਦਾ ਵਾਂਸ ਯੂ ਆ ਡਨ ਇਹਨੂੰ ਪਰੇ ਕਰ ਦਿਓ ਤੇ ਤੁਹਾਡੀ ਕਾਫੀ ਜਿਹੜੀ ਹੈ ਉਹ ਐਦਰ ਚ ਤਿਆਰ ਹੋਏਗੀ ਮਾਫੀ ਚਾਹੁੰਦਾ ਮੇਰੇ ਕੋ ਆਹੀ ਕੱਪ ਜੀ ਫਿਲਹਾਲ ਬਾਕੀ ਮੇਰੇ ਕੋ ਚੀਜ਼ ਮਤਲਬ ਵੀ ਕੋਈ ਨਹੀਂ ਅੱਛਾ ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਹੁਣ ਤੱਕ ਦਿਖਾਈਆਂ ਨੇ ਨਾ ਇਹ ਉਹ ਸੂਰਜ ਚਿਕਾਰਾ ਮਨੇ ਅਗਰ ਤੁਹਾਡੇ ਕੋਲ ਨਾ ਐਡਵਾਂਸਡ ਜਿਹੜੀਆਂ ਟੈਕਨੋਲੋਜੀਕਲੀ ਐਡਵਾਂਸਡ ਚੀਜ਼ਾਂ ਨੇ ਉਹ ਮੋਇਸਰ ਹੋਣ ਮਿਸਾਲ ਦੇ ਤੌਰ ਤੇ ਤੁਹਾਡੇ ਕੋਲ ਕੈਟਲ ਹੋਵੇ ਜਿਹਦੇ ਤੁਸੀਂ ਪਾਣੀ ਗਰਮ ਕਰਨਾ ਆ ਜਾਂ ਤੁਹਾਡੇ ਕੋਲ ਕੋਈ ਹੋਰ ਸੋਰਸ ਹੈਗਾ ਆ ਪਾਣੀ ਗਰਮ ਕਰਨ ਦਾ ਬਿਕੋਜ਼ ਇਹਦੇ ਵਾਸਤੇ ਤੁਹਾਨੂੰ ਗਰਮ ਪਾਣੀ ਚਾਹੀਦਾ ਹੀ ਆ ਅਗਰ ਤੁਹਾਡੇ ਕੋਲ ਜਨਾਬ ਇਹ ਸਹੂਲਤਾ ਨਹੀਂ ਮੋਇਸਰ ਤੁਸੀਂ ਜੰਗਲਾਂ 'ਚ ਫਿਰਦੇ ਪਈਓ ਕਿਧਰੇ ਤੇ ਫਿਰ ਤੁਹਾਨੂੰ ਇੱਕ ਹੋਰ ਚੀਜ਼ ਚਾਹੀਦੀ ਹੁੰਦੀ ਹੈ ਉਹਨੂੰ ਕਹਿੰਦੇ ਆ ਮੋਕਾ ਪੋਟ ਉਹ ਜਨਾਬ ਐ ਸੋਗਾਤ ਇਹ ਮੈਂ ਲਈ ਸੀ Amazon ਤੋਂ Amazon ਤੋਂ ਜਦੋਂ ਮੈਂ ਲਈ ਨਾ ਆਬਵੀਅਸਲੀ ਅਨੰਦ ਉਹਨਾਂ ਤੋਂ ਤੁਸੀਂ ਚੀਜ਼ ਦੀ ਕੁਆਲਿਟੀ ਤਾਂ ਦੇਖ ਸਕਦੇ ਇਹ ਨਾ ਐਲੂਮੋਨੀਅਮ ਐਲੂਮੋਨੀਅਮ ਤਾਂ ਨਹੀਂ ਲਾਇਕ ਹੈ ਨਾ ਸਟੇਨਲੈਸ ਸਟੀਲ ਜਾਂ ਆਇਰਨ ਦੀ ਨਹੀਂ ਹੈਗੀ ਇਹ ਬੜਾ ਨਾ ਲੱਗਦਾ ਹੈ ਕਿ ਅਜੀਬ ਜਿਹਾ ਮਟੀਰੀਅਲ ਹੈ ਦਾ ਕੰਮ ਤਾਂ ਕਰਦੀ ਹੈ ਲੇਕਿਨ ਉਹ ਅਪ ਟੂ ਐਕਸਪੈਕਟੇਸ਼ਨਸ ਨਹੀਂ ਹੈਗੀ ਸੀ ਇਹ ਕੰਮਦਰਸੇ ਲੱਦਾਂ ਕਰਦਾ ਹੈ ਤੇ ਡਿਫਰੈਂਟ ਪਾਰਟਸ ਹੁੰਦੇ ਨੇ ਦੋ ਪਾਰਟਸ ਹੁੰਦੇ ਨੇ ਆ ਇਹ ਦਾ ਹੈਗਾ ਯਾ ਪਾਣੀ ਵਾਲਾ ਪੌਟ ਇਹਦੇ ਤੁਸੀਂ ਨੇ ਪਾਣੀ ਪਾਉਣਾ ਹੁੰਦਾ ਆ ਵਾਲਵ ਆਫ ਵਾਲਵ ਤੋਂ ਥੱਲੇ ਥੱਲੇ ਪਾਣੀ ਰੱਖਣਾ ਤੇ ਇਹ ਜਿਹੜੀ ਚੀਜ਼ ਹੈ ਇਹਦੇ ਤੁਸੀਂ ਨਾ ਉਹੀ ਗਰਾਉਂਡਸ ਬੀਨ ਪਾਉਣੇ ਨੇ ਗਰਾਉਂਡਸ ਬੀਨ ਪਾ ਗਨੇ ਅਰਥਾਤ ਪ੍ਰੈਸ਼ਰਾਈਜ਼ ਨਹੀਂ ਕਰਨਾ ਉਹਨਾਂ ਨੂੰ ਦਬਾਉਣਾ ਨਹੀਂ ਹੈਗਾ ਬਸ ਚਮਚਾ ਪਾ ਕੇ ਤੇ adda ਉੱਤੋਂ ਨਾ ਬਰਾਬਰ ਕਰ ਦੇਣਾ ਉਸ ਤੋਂ ਬਾਅਦ ਥੱਲੇ ਪਾਣੀ ਆ ਗਿਆ ਐਦਾਂ ਜਨਾਬ ਗਰਾਉਂਡਸ ਬੀਨ ਆ ਗਏ ਤੇ ਫਿਰ ਨਾ ਆ ਜਿਹੜੀ ਚੀਜ਼ ਹੈ ਇਹਦੇ ਉੱਤੇ ਇੱਕ ਫਿਲਟਰ ਲੱਗਿਆ ਆਬਵੀਅਸਲੀ ਤੇ ਦੈਨ ਆ ਇੱਕ ਟਿਊਬ ਜੇ ਹੀ ਹੈ ਜਿਹੜੀ ਹੈ ਫਿਲਟਰ ਚੋਂ ਹੋ ਕੇ ਨਾ ਆ ਟਿਊਬ ਇੱਥੇ ਤੱਕ ਆਉਂਦੀ ਹੈ ਤੇ ਇਹਦੇ ਤੁਸੀਂ ਦੇਖੋ ਸوراਖ ਜੇ ਨੇ ਤੇ ਹੁੰਦਾ ਇਹ ਹੈ ਕਿ ਜਦੋਂ ਅਸੀਂ ਪਾਣੀ ਬੋਇਲ ਕਰਦੇ ਹਾਂ ਨਾ ਬੋਇਲ ਤਾਂ ਨਹੀਂ ਹੁੰਦਾ ਹਲਕਾ ਜਿ ਤੇ ਉੱਪਰ ਨੂੰ ਉੱਠਦਾ ਹੈ ਆਬਵੀਅਸਲੀ ਤੇ ਉੱਪਰ ਹੁੰਦੀ ਹੈ ਕਾਫੀ ਤੇ ਕਾਫੀ ਉਹ ਸਟੀਮ ਦੇ ਨਾਲ ਹੋ ਜਾਂਦੀ ਆ ਵੈਟ ਤੇ ਉਹ ਜਿਹੜੀ ਸਟੀਮ ਉੱਚੋ ਵੈਟ ਹੋ ਕੇ ਉੱਪਰ ਨੂੰ ਆਉਂਦੀ ਆ ਨਾ ਦੈਟ ਬੇਸਿਕਲੀ ਐਸ ਫਨਲ ਦੇ ਵਿੱਚੋਂ ਬਾਏ ਦਾ ਟਾਈਮ ਉੱਥੇ ਉੱਪਰ ਪਹੁੰਚਦੀ ਆ ਨਾ ਦੈਟ ਟਰਨਸ ਬੈਕ ਇੰਟੂ ਵਾਟਰ ਤੇ ਇਹ ਜਿਹੜਾ ਨਾ ਪੋਟ ਜਿਆ ਉਸ ਸਟੀਮ ਵਾਲੇ ਵਾਟਰ ਨਾਲ ਭਰ ਜਾਂਦਾ ਜਿਹੜਾ ਆਬਵੀਅਸਲੀ ਸਟੀਮ ਤੋਂ ਵਾਟਰ ਕਨਵਰਟ ਹੁੰਦਾ ਥੈਨ ਆਬਵੀਅਸਲੀ ਤੁਸੀਂ ਇਹਨੂੰ ਪੋਰ ਕਰਕੇ ਆਪਣੀ ਕਾਫੀ ਇੰਜੋਏ ਕਰਦੇ ਹੋ ਇਹਦਾ ਮਨੋ ਨਾ ਇੱਕ ਮਸਲਾ ਜਿਆ ਸੀਗਾ ਜਿਹੜਾ ਮੈਂ ਤੁਹਾਨੂੰ ਅੱਜ ਦਿਖਾਵਾਂਗਾ ਵੀ ਪ੍ਰੈਕਟੀਕਲ ਕਰਕੇ ਜਿਹਦੀ ਵਜ੍ਹਾ ਤੋਂ ਮੈਨੂੰ ਲੈਣਾ ਪਿਆ ਇੱਕ ਹੋਰ ਮੋਕਾ ਪੋਟ ਕੱਲ ਮੈਂ 81 ਦਾ ਹੋਮ ਸੈਂਸ ਤੇ ਸਟੋਰ ਆ ਉੱਥੇ ਮੈਂ ਗਿਆ ਸੀ ਤੇ ਉਥੋਂ ਜੇ ਨਾਮ ਮੈਂ ਆਵਲਾ ਮੋਕਾ ਪੋਟ ਲੈ ਕੇ ਆਇਆ ਥਿਸ ਇਜ਼ ਮੇਡ ਆਫ ਸਟੀਲ ਆਬਵੀਅਸਲੀ ਦੋਵੇਂ ਤੁਸੀਂ ਨਾਲ ਰੱਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੋਨਾਂ ਦੀ ਟੌਰ ਟੱਪਾ ਨਜ਼ਰ ਆਏਗਾ ਤੁਹਾਨੂੰ ਜਿਹੜਾ ਸਟੀਲ ਵਾਲਾ ਇਹ ਥੈਟ ਇਜ਼ ਯਰ ਜਾਨਦਾਰ ਮੋਕਾ ਪੋਟ ਇਹਦੇ ਵੀ ਉਹੀ ਸਕੀਮ ਇਹਦੇ ਵਿੱਚ ਮਤਲਬ ਕੋਈ ਹੋ ਟੈਕਨੋਲੋਜੀ ਨਹੀਂ ਹੈਗੀ ਸੇਮ ਥੱਲੇ ਵਾਟਰ ਕੰਟੇਨਰ ਆ ਵਾਟਰ ਕੰਟੇਨਰ ਮੇਡ ਆਫ ਸਟੀਲ ਥੈਨ ਜਿਹੜਾ ਕਾਫੀ ਵਾਲੀ ਬਾਸਕਟ ਜਿਹੀ ਆ ਇਹ ਵੀ ਮੇਡ ਆਫ ਸਟੀਲ ਥੱਲੇ ਜਿਹੜਾ ਫਿਲਟਰ ਆ that is made of steel ਮੈਨਦਰ ਸਾਲ ਕਾਲੇ ਨੂੰ ਨਾਲ ਲਿਆ ਕੇ ਤੋਤਾ ਸੀਗਾ ਤਾਂ ਹੈ ਵਾਟਰ ਦੇ ਕਤਰੇ ਵਗੈਰਾ ਰਿੰਸ ਹੋ ਰਹੇ ਨੇ ਥੈਨ ਅੱਜ ਜਿਹੜੀ ਟਿਊਬ ਆ that tubes ਇਹਦੇ ਚੋਂ ਸਟੀਮ ਉੱਪਰ ਨੂੰ ਆਏਗੀ ਐਂਡ THEN ਆ ਜਿਹੜਾ ਪੌਟ ਆ ਕਾਫੀ ਨੇ ਪੜ ਜਾਏਗਾ ਗੱਲਾਂ ਹੋ ਗਈਆਂ ਇਨਫ ਹੁਣ ਕਰਦੇ ਆ ਪ੍ਰੈਕਟੀਕਲ ਤੇ ਬੇਸਿਕਲੀ ਇਨਾਂ ਦੋਨਾਂ ਨੂੰ ਮੈਂ ਇਸਤੇਮਾਲ ਕਰਾਂਗਾ ਆਥਰਨ ਮੈਂ ਦੱਸਾਂਗਾ ਕਿ ਕਿਉਂ ਇਹ ਮੇਰੇ ਵਾਸਤੇ ਕੰਮ ਨਹੀਂ ਸੀ ਕਰਦਾ ਕਿਉਂ ਕੰਮ ਤਾਂ ਸ਼ਾਇਦ ਕਰਦਾ ਹੋਵੇ ਜਾਂ ਦਿਲ ਨਹੀਂ ਸੀ ਰਾਜ਼ੀ ਹੋਇਆ ਤੇ ਕਿਉਂ ਹੁਣ ਮੈਂ ਆ ਲੈ ਆ ਇਹਨਾਂ ਦੋਨਾਂ ਦੇ ਵਿੱਚੋਂ ਜਨਾਬ ਕਾਫੀ ਬਣਾਉਨੇ ਆ ਤੇ ਦੇਖਦੇ ਆ ਕਿ ਆ ਜਿਹੜਾ ਅਪ ਟੂ ਐਕਸਪੈਕਟੇਸ਼ਨਸ ਹੈਗਾ ਕਿ ਨਹੀਂ ਲਓ ਜੀ ਹੁਣ ਬਸ ਪ੍ਰੋਸੈਸ ਸ਼ੁਰੂ ਕਰਦੇ ਆ ਐਤੋਂ ਸ਼ੁਰੂ ਕਰਦੇ ਆ ਜਿਹੜਾ ਪੁਰਾਣਾ ਆ ਇਹਦੇ ਨਾਲ ਪਾਣੀ ਪਾ ਲੈਣਾ ਹੈ ਪਾਣੀ ਇੰਨਾ ਪਾਉਣਾ ਹੈ ਕਿ ਇਸ ਵਾਲਵ ਤੋਂ ਥੱਲੇ ਥੱਲੇ ਰੱਖਣਾ ਹੈ। ਇਹ ਪਾਣੀ ਹੋ ਗਿਆ ਸੋ ਇਹਦੇ ਛੁਣ ਪਾਉਣੀ ਆ ਆਪਾਂ ਕਾਫੀ ਬੀਨ ਬਿਸਮਿਲਲਾਹਿ ਰਹਿਮਾਨ ਰਹਿਮ। ਇਹਦੇ 'ਚ ਨਾ ਇਹਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ ਬਹੁਤਾ ਉਹਦੀ ਵਜ੍ਹਾ ਪਤਾ ਕੀ ਹੈ? ਥੱਲੇ ਜਿਹੜਾ ਸਟੀਮ ਨੇ ਬਣਾਉਣਾ ਹੈ ਨਾ ਪ੍ਰੈਸ਼ਰ ਉਹ ਕੋਈ ਨਾ ਸਟਰੋਂਗ ਨਹੀਂ ਬਣਾਉਣਾ ਕਿ ਇਦਾਂ ਦੀ ਪ੍ਰੈਸ ਹੋਈ ਹੋਈ ਕਾਫੀ ਦੇ ਵਿੱਚੋਂ ਵੀ ਉੱਤੇ ਨੂੰ ਚੜਾਵੇ। ਲਿਹਾਜ਼ਾ ਇਹਨਾਂ ਨੂੰ ਤੁਸੀਂ ਬਸ ਇਦਾਂ ਪੋਲਾਈਡ ਜੇ ਫਾਰਮ ਦੇ ਵਿੱਚ ਰੱਖਣਾ ਹੈ। ਬਸ ਇਹਨੇ ਕਾਫੀ ਹੋ ਗਈ। ਨਾਊ ਵਾਟ ਯੂ ਗਨ ਟੂ? ਉਹ ਕਾਫੀ ਜਿਹੜੀ ਆ, ਵਾਟਰ ਵਾਲੇ ਕੰਟੇਨਰ ਦੇ ਉੱਤੇ ਪਾ ਦੇਣੀ ਆ। ਦੈਨ ਹੁਣ ਨੈਕਸਟ ਸਟੈਪ ਇਹ ਆ, ਇਹਨੂੰ ਉੱਪਰ ਤੁਸੀਂ ਟਾਈਟ ਕਰ ਦੇਣਾ। ਛੇ ਤਰੀਕੇ ਦੇ ਨਾਲ ਟਾਈਟ ਕਰ ਦੇਣਾ ਥੈਨ ਹੁਣ ਆਪਾਂ ਅੱਗ ਬਾਲਣੀ ਆ ਜਿਹੜਾ ਸਭ ਤੋਂ ਛੋਟਾ ਚੁੱਲਾ ਹੈ ਉਹ ਬਾਲ ਲੈਨੇ ਆ ਐਂਡ ਪੁਟ ਦਿਸ ਵਨ ਔਨ ਟਾਪ ਆਫ ਇਟ ਮੈਂ ਇਹਨੂੰ ਨਾ ਬਸ ਬਿਲਕੁਲ ਲੋਅਸਟ ਲੈਵਲ ਤੇ ਰੱਖਦਾ ਹੁੰਨਾ ਉਹਦੀ ਵਜ੍ਹਾ ਇਹ ਹੈ ਕਿ ਇਹ ਕੋਈ ਐਸੀ ਚੀਜ਼ ਨਹੀਂ ਹੈ ਕਿ ਜਿਹਦੇ ਸੁਨਾਬ ਆ ਗਾਂ ਦੇ ਖਰੋੜੇ ਗਾਲਨੇ ਨੇ ਹਲ ਛੋਟਾ ਜਿਹਾ ਵਾਟਰ ਉਹਨੂੰ ਬਸ ਤੁਸੀਂ ਸਟੀਮ ਅਪ ਕਰਨਾ ਹੈ ਤੇ ਜਦੋਂ ਆਪਾਂ ਫੀਲ ਕਰਾਂਗੇ ਨਾ ਕਿ ਹੁਣ ਆਵਾਜ਼ ਆਉਣ ਲੱਗ ਪਈ ਐ ਸਟੀਮ ਜਿਹੜੀ ਐ ਬੋਇਲ ਕਰਨ ਲੱਗ ਪਈ ਐ then ਆ ਜਿਹੜੀ ਲੇਡਾ ਇਹਨੂੰ ਆਪਾਂ ਖੋਲ ਦੇਣਾ ਫਿਰ ਤੁਹਾਨੂੰ ਦਿਖਾਵਾਂਗਾ ਕਿ ਕਾਫੀ ਕਿਦਾਂ ਉਤਨਵਾਉਂਦੀ ਐ ਔਰ ਇਸ ਪਾਰਟिकुलर ਪੌਟ ਦੇ ਵਿੱਚ ਕੀ ਮਸਲਾ ਐ ਔਰ ਇਹ ਕਿਉਂ ਅ ਚੰਗੀ ਕਾਫੀ ਪ੍ਰੋਡਿਊਸ ਨਹੀਂ ਕਰਦਾ ਅੱਗੇ ਤੁਸੀਂ ਦੇਖ ਸਕਦੇ ਹੋ ਲੋਏਸਟ ਲੈਵਲ ਤੇ ਐ ਇੱਥੇ ਹੁੰਦੀ ਐ ਟੌਪ ਤੇ ਇੱਥੇ ਹੁੰਦੀ ਐ ਲੋਏਸਟ ਤੇ ਉੱਥੇ ਮੈਂ ਰੱਖੀ ਹੋਈ ਐ ਯੂ ਕੈਨ ਸੀ ਅੱਗ ਦੇ ਜਿਹੜੇ ਅਸਰات ਨੇ ਉਹ ਨਮੂਦਾਰ ਹੋਣਾ ਸ਼ੁਰੂ ਹੋ ਗਏ ਨੇ ਇੱਕ ਮੈਂ ਗੱਲ ਤੁਹਾਨੂੰ ਦੱਸਣੀ ਭੁੱਲ ਗਿਆ ਜਿਹੜੀ ਇਹ ਵਾਲੀ ਮਸ਼ੀਨ ਹੈ ਨਾ ਆ ਮੋਕਾ ਪੌਟ ਇਹ ਸਪੈਸੀਫਿਕਲੀ ਐਸਪ੍ਰੈਸੋ ਬਣਾਉਣ ਵਾਸਤੇ ਇਤਮਾਲ ਕੀਤੀ ਜਾਂਦੀ ਹੈ ਸਪੈਸ਼ਲੀ ਉਸ ਕਿਸਮ ਦੇ এনवायरमेंट ਦੇ ਵਿੱਚ ਜਿੱਥੇ ਤੁਹਾਡੇ ਕੋਲ ਨਾ ਐਡਵਾਂਸ ਚੀਜ਼ਾਂ ਇਸ ਕਿਸਮ ਦੀ ਮਸ਼ੀਨ ਐਸਪ੍ਰੈਸੋ ਮਸ਼ੀਨ ਜਾਂ ਕੋਈ ਹੋਰ ਐਡਵਾਂਸ ਤਰੀਕਾ ਅਵੇਲੇਬਲ ਨਹੀਂ ਹੈਗਾ ਤੁਸੀਂ ਜੰਗਲਾਂ ਦੇ ਵਿੱਚੋਂ ਤੁਹਾਡੇ ਕੋਲ ਅੱਗ ਬਟ ਤੁਸੀਂ ਐਸਪ੍ਰੈਸੋ ਕਾਫੀ ਪੀਣਾ ਚਾਹੁੰਦੇ ਹੋ ਦੈਟਸ ਦਾ ਥਿੰਗ ਯੂ ਨੀਡ ਟੂ ਗੈਟ ਆ ਦੇਖ ਰਹੇ ਹੁਣ ਕਾਫੀ ਨੇ ਨਿਕਲਣਾ ਸ਼ੁਰੂ ਹੋ ਗਈ ਤੇ ਆਦਾ ਪਟਾਕੇ ਮਾਰ ਮਾਰ ਕੇ ਨਿਕਲਦੀ ਸੀ ਜਿਹਦੀ ਵਜ੍ਹਾ ਤੋਂ ਨਾ ਆਈ ਹੈਡ ਟੂ ਇਹਦੇ ਚ ਕੋ ਮੈਕੈਨਿਜ਼ਮ ਆ ਪਤਾ ਨਹੀਂ ਕੀ ਗੰਦਾ ਦੇਖ ਰਿਹਾ ਹਾਂ ਕਿਦਾਂ ਗੰਦ ਮਚ ਗਈ ਹਰ ਪਾਸੇ ਇਹਨੂੰ ਓਪਨ ਕਰਨਾ ਚਾਹੀਦਾ ਆ ਲੇਕਿਨ ਓਪਨ ਕਰਾਂ ਤੇ ਆਦਾ ਪਟਾਕੇ ਮਾਰਦੀ ਆ ਦੂਰ ਦੂਰ ਤੱਕ ਛਿੱਟੇ ਜਾਂਦੇ ਹੁਣ ਪਤਾ ਨਹੀਂ ਇਹਦਾ ਮੈਨੂਫੈਕਚਰਿੰਗ ਫਾਲਟ ਆ ਜਾਂ ਕੀ ਮਸਲਾ ਆ ਬਟ ਦੈਟਸ ਮਾਈ ਪ੍ਰੋਬਲਮ ਵਾਸ ਇਹ ਮੇਰਾ ਮਸਲਾ ਸੀਗਾ ਜਨਾਬ ਜਿਹੜਾ ਪ੍ਰੋਪਰ ਆਥੈਂਟਿਕ ਤਰੀਕਾ ਆ ਉਹਦੇ ਨਾਲ ਇਹਨੂੰ ਬਣਾ ਹੀ ਨਹੀਂ ਸਕਦੇ ਤੇ ਇਸ ਵਾਸਤੇ ਮੈਂ ਇਹਨੂੰ ਇਸਤੇਮਾਲ ਕਰਨਾ ਬੰਦ ਕਰਤਾ ਸੀ ਇਸਤੇਮਾਲ ਮੈਂ ਕੀ ਕਰਨਾ ਹੁੰਦਾ ਇੱਕ ਸ਼ੌਕ ਨਾਲ ਵਸੇ ਇੱਕ ਦੋ ਵਾਰੀ ਬਣਾਉਣਾ ਹੁੰਦਾ ਤੇ ਉਸ ਤੋਂ ਬਾਅਦ ਨਾ ਮੈਂ ਇੱਕ ਦੋ ਵਾਰੀ ਟਰਾਈ ਕੀਤੀ ਤੇ ਬਣਿਆ ਹੀ ਨਹੀਂ ਤੇ ਦੈਟਸ ਵਾਈ ਹੁਣ ਨਵਾਂ ਮੌਕਾ ਪਾਟ ਆਇਆ ਉਹਨੂੰ ਦੇਖਦੇ ਆ ਉਹ ਸਾਡੇ ਵਾਸਤੇ ਗੁੱਡ ਲੱਕ ਲਿਆਉਂਦਾ ਜਾਂ ਨਹੀਂ ਆਈ ਥਿੰਕ ਦੈਟਸ ਇਟ ਆ ਗਾ ਹੁਣ ਥੱਲੇੋਂ ਕਰ ਦਿਓ ਬੰਦ ਔਰ ਵਾਟ ਵੀ ਹੈਵ ਨਾਓ ਕਾਫੀ ਬਣਾਉਂਦੇ ਨੇ ਗੰਦ ਪਾ ਲਿਆ ਚੰਗਾ ਪਾ ਲਿਆ ਸੋ ਦੈਟਸ ਆਲ ਜੀ ਇੰਨਾ ਕ ਸਾਡੇ ਕੋ ਹੁਣ ਨਿਕਲੀ ਆ ਕਾਫੀ ਸੋ ਵਾਟ ਵੀ ਨੀਡ ਟੂ ਡੂ ਨਾਓ ਵੀ ਆਰ ਗੋਇੰਗ ਟੂ ਪੋਰ ਇਟ ਇਨ ਦ ਕੱਪ ਲੋਕੀ ਵੀ ਨਾ ਯਾਰ ਚੀਜ਼ਾਂ ਵੇਚਣ ਲੱਗੇ ਬੜੇ ਬੜੇ ਦਾਅਵੇ ਕਰ ਦਿੰਦੇ ਆ ਤੇ ਜਦੋਂ ਚੀਜ਼ ਨੂੰ ਐਕਚੁਅਲੀ ਯੂਜ਼ ਵਿੱਚ ਲੈ ਕੇ ਆਈਦਾ ਫੇਰ ਉਹ ਉਹ ਦਾਅਵੇ ਤਾਂ ਪੂਰੀ ਨਹੀਂ ਉਤਰਦੀ ਆ ਮੇਰੇ ਕੋ ਹੁਣ ਓਜ਼ਮੋ ਐਕਸ਼ਨ 3 ਆ ਡੀ ਜੀ ਆਈ ਵਾਲਿਆਂ ਦਾ ਇਹਦਾ ਦਾਵਾ ਹੈ ਸੀਗਾ ਕਿ ਰੂਮ ਟੈਂਪਰੇਚਰ ਦੇ ਉੱਤੇ ਇਹ 4K ਰਿਕਾਰਡਿੰਗ ਕਰਦੇ ਹੋਏ ਕਦੇ ਹੀਟ ਅਪ ਨਹੀਂ ਹੋਏਗਾ ਬੈਟਰੀ ਮੁੱਕੇਗੀ ਹੀਟ ਅਪ ਨਹੀਂ ਹੋਏਗਾ ਤੇ ਅਜਨਬ 10 15 ਮਿੰਟ ਹੋਏ ਨੇ ਵੀਡੀਓ ਬਣਾਉਂਦੇ ਨੂੰ ਹੀਟ ਅਪ ਹੋ ਗਿਆ ਬਾਹਰ ਆਉਣਾ ਪਿਆ ਹੁਣ ਵੈਦ ਦੇ ਵਿੱਚ ਤਾਂ ਕਿ ਇਹ ਕੂਲ ਡਾਊਨ ਹੋ ਜਾਵੇ ਐਨੀਵੇ ਆਇਨਾ ਆਪਣਾ ਐਸਪ੍ਰੈਸੋ ਦਾ ਕੱਪ ਜਿਹੜਾ ਉੱਥੋਂ ਤਿਆਰ ਕੀਤਾ ਹੈ ਉਸ ਉਹਦੇ ਨਾਲ ਤੇ ਇਹਨੂੰ ਹੁਣ ਟੇਸਟ ਕਰਦੇ ਆਂ ਟੇਸਟ ਤਾਂ ਸ਼ਾਇਦ ਠੀਕ ਹੀ ਹੋਵੇ ਕਾਫੀ ਇੰਟੈਂਸ ਟੇਸਟ ਆ ਜਿਹਦਾ ਐਸਪ੍ਰੈਸੋ ਦਾ ਹੁੰਦਾ ਹੈ ਔਰ ਰੋਲਾ ਬਸ ਉਹਦਾ ਹੀ ਆ ਉਹ ਜਿਹੜੇ ਬੁਲਬਲੇ ਜੇ ਪੈਂਦੇ ਨੇ ਨਾ ਉਹ ਕੀ ਕਹੀਦਾ ਉਹਨੂੰ ਸੀ ਚਮਕਾਰੇ ਜੇ ਕਾਫੀ ਦੇ ਜਿਹੜੇ ਹਰ ਪਾਸੇ ਜਾਂਦੇ ਨੇ ਉਹ ਨਹੀਂ ਪੈਣੇ ਚਾਹੀਦੇ ਤੇ ਵੈਸੇ ਵੀ ਮਤਲਬ ਨਾ ਪਤਾ ਨਹੀਂ ਕੀ ਮਟੀਰੀਅਲ ਇਸ ਇਸ ਕਿਸਮ ਦਾ ਆ ਮੇਰੇ ਦਿਲੋਂ ਉਤਰ ਕੇ ਸੀ ਇੱਕ ਦੋ ਵਾਰੀ ਬਣਾਉਣ ਵਾਸਤੇ ਬਣਾਉਣ ਤੋਂ ਬਾਅਦ ਤੇ ਹੁਣ ਆਪਾਂ ਆ ਪੀ ਕੇ ਤੇ ਦੂਸਰਾ ਜਿਹੜਾ ਸਟੀਲ ਵਾਲਾ ਜਿਹੜਾ ਕੱਲ ਲੈ ਕੇ ਆਂਦਾ ਉਹਨੂੰ ਇਸਤੇਮਾਲ ਕਰਦੇ ਆਂ ਸੇਮ ਤਰੀਕਾ ਇਹਦਾ ਵਾਟਰ ਕੰਟੇਨਰ ਜਿਹੜਾ ਹੈ ਉਹਨੂੰ ਖੋਲਾਂਗੇ ਇਹਦੇ ਚ ਆਪਾਂ ਪਾਣੀ ਪਾ ਲਾਂਗੇ ਇਸ ਵਾਲਵ ਤੋਂ ਥੱਲੇ ਥੱਲੇ ਉਸ ਤੋਂ ਬਾਅਦ ਆਪਾਂ ਇੱਧਰ ਇੱਥੇ ਇਹਨੂੰ ਇੱਧਰ ਰੱਖ ਲੈਣੇ ਆ ਤੇ ਇਹਦੇ ਚ ਆਪਾਂ ਹੁਣ ਪਾਉਣੀ ਹੈ ਕਾਫੀ ਕਾਫੀ ਬੀਨਸ ਗਰਾਊਂਡ ਕਾਫੀ ਬੀਨਸ ਆਈ ਥਿੰਕ ਦੈਟਸ ਇਨਫ ਇਹਨੂੰ ਰੱਖਾਂਗੇ ਇਹਦੇ ਉੱਤੇ ਇਹਨੂੰ ਜਨਾਬ ਉਦਾਂ ਹੀ ਸੀਲ ਕਰ ਦੇਣੇ ਕਿਉਂਕਿ ਸਟੀਮ ਨੇ ਕੰਮ ਦਿਖਾਉਣਾ ਹੁੰਦਾ ਇਸ ਲਈ ਮੇਕ ਸ਼ੋਰ ਕਰੋ ਕਿ ਟਾਈਟਲੀ ਸਕਰੂ ਨੂੰ ਨਾ ਬੰਦ ਕਰ ਦਿਓ yeah same thing and ab rakh diye ode utte hun now let's wait for magic to happen pani kaafi thanda siga oh dina tusi dekh rahe ho bahar woh aagi hai condensation ji ho gayi i think hun awaaz aan lag piyan hai steam di there you go see kinne acche tareeke de naal quietly ohne nab coffee nu bhar taaya ਦੈਟਸ ਦਾ ਕੁਆਲਿਟੀ ਐਦਾਂ ਇਹਨੂੰ ਸਲੋਲੀ ਸਲੋਲੀ ਨਿਕਲਣਾ ਚਾਹੀਦਾ ਹੈ ਜਿਹੜਾ ਕਿ ਉਹ ਪੁਰਾਣੇ ਦੂਸਰੇ ਪਾਰਟ ਦੇ ਵਿੱਚ ਮਾਰ ਮਾਰ ਕੇ ਛਾਲਾ ਨਿਕਲਦਾ ਸੀ ਦੈਟਸ ਦਾ ਬਿਊਟੀ ਦੈਟਸ ਦਾ ਬਿਊਟੀ ਆਈ ਥਿੰਕ ਦੈਟਸ ਇਟ ਹੋਰ ਨਹੀਂ ਨਿਕਲ ਰਹੀ ਹੈਗੀ ਆਲ ਵੀ ਨੀਡ ਟੂ ਡੂ ਨਾਓ ਅੱਗ ਬੰਦ ਕਰ ਦਿਓ

ਉਹਦੇ ਚੋਂ ਮਾਰ ਕੇ ਇੰਨੇ ਪਾਣੀ ਉਹਦੇ ਚ ਪਿਆ ਸੀਗਾ ਇੰਨੇ ਇਹਦੇ ਚ ਪਿਆ ਸੀਗਾ ਮਾਰ ਕੇ ਐਵੇਂ ਨਾ ਉਹ ਐਸਪ੍ਰੈਸੋ ਦੇ ਦੋ ਤਿੰਨ ਨਿਕਲੇ ਸੀਗੇ ਹੁਣ ਇਹਦੇ ਚ ਹੈਗਾ ਤਾਂ ਵੀ ਮੌਕਾ ਪਾਟ ਐਸਪ੍ਰੈਸੋ ਮੇਕਰ ਆ ਬਟ ਇੰਨੇ ਨਾ ਪੂਰਾ ਕੱਪ ਬਣਾਤਾ ਹੈ ਲੈਟਸ ਟ੍ਰਾਈ ਕਾਫੀ ਤਾਂ ਸ਼ਾਇਦ ਸਟੈਂਡਰਡ ਹੀ ਹੈ ਬਟ ਜਿਹੜਾ ਪ੍ਰੋਸੈਸ ਆਨਨ ਬਣਾਉਣ ਦਾ ਦੈਟ ਇਜ਼ ਕੁਆਇਟ ਸਿੰਪਲੀਫਾਈਡ ਈਜ਼ੀ ਤੇ ਕਾਫੀ ਕੰਫਰਟੇਬਲ ਹੈ ਇਹਦੇ ਚ ਤੇ ਹੁਣ ਆਪਾਂ ਕਰਨਾ ਕੀ ਹੈ ਵੀ ਕਿਨਾ ਕੀਪ ਦਿਸ ਵਨ ਤੇ ਹੌਲੀ ਹੌਲੀ ਹੁਣ ਇਹਨੂੰ ਰਿਟਾਇਰ ਕਰ ਦੇਾਂਗੇ ਰਿਟਾਇਰ ਕਰਨ ਦਾ ਮਤਲਬ ਇਹ ਨਹੀਂ ਕਿ ਮੈਂ ਬਿੰਦ ਛੱਡ ਦੇਣਾ ਮਤਲਬ ਕਦੇ ਕਦੇ ਯੂਜ਼ ਕਰਿਆ ਕਰਾਂਗੇ ਚਲੋ ਜੀ ਹੁਣ ਕਾਫੀ ਨੂੰ ਦਈਏ ਗੇੜਾ ਦੈਨ ਦੇਖਦੇ ਹਾਂ ਕਿ ਰੈਸਟ ਆਫ ਦਾ ਡੇ ਕੀ ਕਰਨਾ ਪੈਂਦਾ ਆਈ ਥਿੰਕ ਸ਼ਾਪਿੰਗ ਵਾਸਤੇ ਜਾਣਾ ਪੈਣਾ ਬਟ ਲੈਟਸ ਸੀ